ਹੈਲੋ ਜੀ ਸ਼ਸ਼ੀਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਹੈਲਦੀ ਅਤੇ ਟੇਸਟੀ ਸੂਪ ਬਹੁਤ ਜ਼ਿਆਦਾ ਸਬਜ਼ੀਆਂ ਦੇ ਨਾਲ ਭਰਪੂਰੇ ਹੁੰਦਾ ਔਰ ਇਹਦੇ ਵਿੱਚ ਆਪਾਂ ਐਸੀ ਚੀਜ਼ ਕੀ ਪਾਣੀ ਹੈ ਤੁਸੀਂ ਵੀ ਪੂਰੀ ਵੀਡੀਓ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਪਤਾ ਚੱਲੇਗਾ ਸਰਦੀਆਂ ਦਾ ਸੀਜ਼ਨ ਹੁੰਦਾ ਹੈ ਸਰਦੀਆਂ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਹਰੀਆਂ-ਹਰੀਆਂ ਸਬਜ਼ੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਔਰ ਬਹੁਤ ਵਧੀਆ ਲੱਗਦੀ ਹੈ ਨਾ ਔਰ ਖਾਣ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਬਜ਼ੀਆਂ ਜਿਹੜੀਆਂ ਬਹੁਤ ਹੈਲਦੀ ਹੁੰਦੀਆਂ ਨੇ ਨਾ ਤੇ ਚਲੋ ਜੀ ਦੇਖਨੇ ਆ ਆਪਾਂ ਇਹ ਸੂਪ ਕਿਵੇਂ ਬਣਾ ਕੇ ਤਿਆਰ ਕਰਨਾ ਹੈ ਇਹਦੇ ਲਈ ਮੈਂ ਬਹੁਤ ਜ਼ਿਆਦਾ ਸਬਜ਼ੀਆਂ ਲਈਆਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਕੋਲ ਜੋ ਸਬਜ਼ੀ अवेलेबल ਹੈ ਤੁਸੀਂ ਉਹ ਲੈਣੀਆਂ ਮੇਰੇ ਕੋਲ ਜੋ अवेलेबल ਸੀ ਮੈਂ ਉਹ ਲਈਆਂ ਬਰੋਕਲੀ ਲਈ ਇੱਕ ਕੱਪ ਗਾਜਰ ਲਈਏ ਮੈਂ ਇੱਕ ਕੱਪ ਦੋ ਗਾਜਰਾਂ ਜਿਹੜੀਆਂ ਬਰੀਕ-ਬਰੀਕ ਚੋਪ ਕਰਕੇ ਲਈਆਂ ਥੋੜੇ ਜਿਹੇ ਹਰੇ ਮਟਰ ਲਏ ਆ ਬੀਨਸ ਬਰੀਕ-ਬਰੀਕ ਕੱਟ ਲਈ ਹੈ ਪੱਤਾ ਗੋभी ਮੈਂ ਕੱਟ ਲਈ ਬ੍ਰੇਕ ਬ੍ਰੇਕ ਇੱਕ ਸ਼ਿਮਲਾ ਮਿਰਚ ਕੱਟ ਲਈ ਹੈ ਤੁਸੀਂ ਦੇਖ ਸਕਦੇ ਹੋ ਔਰ ਇਹਨੂੰ ਗਾੜਾ ਕਰਨ ਦੇ ਲਈ ਜਿਹੜਾ ਮੇਨ ਇਨਗਰੀਡੀਅੰਟ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਉਹ ਹੈ ਓਟਸ ਮੈਂ ਇੱਥੇ ਟਮੇਟੋ ਫਲੇਵਰ ਵਾਲੇ ਓਟਸ ਲਏ ਹੈ ਇੱਕ ਕਟੋਰੀ ਔਰ ਇੱਕ ਪਿਆਜ਼ ਲਿਆਇਆ ਹੈ ਬਾਕੀ ਅਦਰਕ ਲਸਣ ਔਰ ਮਸਾਲੇ ਜੋ ਪੈਣਗੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸ ਦਿਆਂਗੀ ਇੱਥੇ ਮੈਂ ਕੁੱਕਰ ਗੈਸ ਦੇ ਉੱਤੇ ਰੱਖ ਦਿੱਤਾ ਹੈ ਗੈਸ ਦੀ ਫਲੇਮ ਜਿਹੜੀ ਹੈ ਮੀਡੀਅਮ ਕੀਤੀ ਹੋਈ ਹੈ ਇਹਦੇ ਵਿੱਚ ਮੈਂ ਪਾ ਰਹੀਆਂ ਮੂੰਗਫਲੀ ਦਾ ਤੇਲ ਤੁਸੀਂ ਚਾਹੋ ਤਾਂ ਬਟਰ ਰਕੇ ਹੋ ਜਾਂ ਫਿਰ ਫਾਇਨ ਤੇਲ ਦੇ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜੋ ਵੀ ਫਲੇਵਰ ਤੁਹਾਨੂੰ ਅੱਛਾ ਲੱਗਦਾ ਤੁਸੀਂ ਉਹ ਹੀ ਪਾ ਸਕਦੇ ਹੋ ਮੈਂ ਇਥੇ ਇੱਕ ਚਮਚ ਮੂੰਗਫਲੀ ਦਾ ਤੇਲ ਪਾਇਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਤੇਜ ਪੱਤਾ ਵੱਡੇ ਸਾਈਜ਼ ਦਾ ਤੇਜ ਪੱਤਾ ਸੀ ਇਹਨੂੰ ਮੈਂ ਦੋ ਪੀਸਿਆਂ ਦੇ ਵਿੱਚ ਤੋੜ ਕੇ ਇਹਦੇ ਵਿੱਚ ਪਾ ਦਿੱਤਾ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰ ਲੈਣੇ ਆ ਬਹੁਤ ਜ਼ਿਆਦਾ ਹੈਲਦੀ ਅਤੇ ਟੇਸਟੀ ਇਹ ਸੂਬਾ ਬਣ ਕੇ ਤਿਆਰ ਹੁੰਦਾ ਔਰ ਚਟਪਟ ਬਣ ਵੀ ਜਾਂਦਾ ਤੁਸੀਂ ਬਣਾ ਕੇ ਜਰੂਰ ਦੇਖਿਓ ਟ੍ਰਾਈ ਜ਼ਰੂਰ ਕਰਿਓ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸੂਪ ਦੀ ਰੈਸਪੀ ਕਿਵੇਂ ਲੱਗੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਨੇ ਪਿਆਜ਼ ਨੂੰ ਹਲਕਾ ਜਿਹਾ ਆਪਾਂ ਫਰਾਈ ਕਰਨਾ ਹੈ ਤੇਲ ਦੇ ਵਿੱਚ ਕਲਰ ਚੇਂਜ ਨਹੀਂ ਕਰਨਾ ਆਪਾਂ ਨਾ ਸਬਜ਼ੀਆਂ ਦਾ ਨਾ ਹੀ ਪਿਆਜ਼ ਹੋਰ ਅਦਰਕ ਲਸਣ ਪਿਆਜ਼ ਅਦਰਕ ਲਸਣ ਦੇ ਪੀਸਟ ਦਾ ਬਸ ਇਹਨੂੰ 30 ਸਕਿੰਟ ਦੇ ਲਈ ਆਪਾਂ ਫਰਾਈ ਕਰਨਾ ਹੈ ਤੇਲ ਦੇ ਵਿੱਚ ਹੁਣ ਆਪਾਂ ਇੱਕ ਚਮਚ ਅਦਰਕ ਲਸਣ ਦਾ ਪੀਸਟ ਪਾ ਦਨੇ ਇਹਨੂੰ ਵੀ ਆਪਾਂ 30 ਸਕਿੰਟ ਦੇ ਲਈ ਫਰਾਈ ਕਰ ਲੈਨੇ ਆ ਇਹਦੇ ਨਾਲ ਤੁਸੀਂ ਚਾਹੋ ਤਾਂ ਕੱਟ ਕੇ ਵੀ ਅਦਰਕ ਲਸਣ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਫਲੇਵਰਫੁੱਲ ਸੂਪ ਬਣ ਕੇ ਤਿਆਰ ਹੁੰਦਾ ਜਦੋਂ ਤੁਸੀਂ ਬਣਾ ਕੇ ਇੰਜੋਏ ਕਰੋਗੇ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਤੁਸੀਂ ਘਰ ਬਣਾ ਕੇ ਤਿਆਰ ਕੀਤਾ ਹੈ ਇੱਕਦਮ ਰੈਸਟੋਰੈਂਟ ਸਟਾਈਲ ਇਹ ਸੂਪ ਬਣ ਕੇ ਤਿਆਰ ਹੁੰਦਾ ਬਸ ਅਦਰਕ ਲਸਣ ਵੀ ਹੋ ਗਿਆ ਹੁਣ ਆਪਾਂ ਸਾਰੀਆਂ ਸਬਜ਼ੀਆਂ ਦੇ ਵਿੱਚ ਪਾ ਦੇਣੀਆਂ ਹੈ ਤੁਸੀਂ ਮਸ਼ਰੂਮ ਪਾ ਸਕਦੇ ਹੋ ਫੁੱਲ ਗੋਭੀ ਪਾ ਸਕਦੇ ਹੋ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਸਬਜ਼ੀਆਂ ਦੇ ਵਿੱਚ ਐਡ ਕਰ ਸਕਦੇ ਹੋ ਔਰ ਕੱਟ ਵੱਧ ਵੀ ਕਰ ਸਕਦੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣੇ ਆ ਜੇ ਤੁਸੀਂ ਓਟਸ ਨਹੀਂ ਪਾਣਾ ਚਾਹੁੰਦੇ ਤਾਂ ਸਕਿਪ ਕਰ ਸਕਦੇ ਹੋ ਓਟਸ ਤੋਂ ਇਲਾਵਾ ਤੁਸੀਂ ਕੌਰਨ ਫਲੋਰ ਕੋਲ ਕੇ ਇੱਕ ਚਮਚ ਗਾੜਾ ਕਰਨ ਦੇ ਲਈ ਸੂਪ ਨੂੰ ਇਹਦੇ ਵਿੱਚ ਪਾ ਸਕਦੇ ਹੋ ਮਨੂੰ ਓਟਸ ਜਿਹੜਾ ਬੈਸਟ ਤਰੀਕਾ ਲੱਗਾ ਸੂਪ ਗਾੜਾ ਕਰਨ ਦਾ ਇਸ ਕਾਰਨ ਮੈਂ ਓਟਸ ਇਹਦੇ ਵਿੱਚ ਪਾ ਦਿੱਤੇ ਆ ਔਰ ਵੋਟਸ ਤੇ ਵੇਟਸ ਲੂਸ ਲਈ ਬਹੁਤ ਵਧੀਆ ਹੁੰਦੇ ਆ ਜਿਨ੍ਹਾਂ ਨੇ ਆਪਣਾ weight lose ਕਰਨਾ ਹੈ ਉਹਨਾਂ ਦੇ ਲਈ ਵੋਟਸ ਬਹੁਤ ਵਧੀਆ ਹੈਲਦੀ অপਸ਼ਨ ਹੈ ਨਮਕ ਪਾ ਦਿੱਤਾ ਇੱਥੇ ਮੈਂ ਟੇਸ ਅਕੋਰਡਿੰਗ ਹੁਣ ਇੱਥੇ ਮੈਂ ਪਾ ਰਹੀ ਹਾਂ ਅੱਧਾ ਚਮਚ ਕਾਲੀ ਮਿਰਚ ਦਾ ਪਾਊਡਰ ਇੱਥੇ ਮੈਂ ਫਰੈਸ਼ ਕਾਲੀ ਮਿਰਚ ਦਾ ਪਾਊਡਰ ਜਿਹੜਾ ਅੱਧਾ ਚਮਚ ਪਾ ਦਿੱਤਾ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣੇ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਣਾ ਮੈਂ ਇੱਥੇ 3.5 ਗਲਾਸ ਪਾਣੀ ਜਿਹੜਾ ਉਹ ਪਾ ਰਹੀ ਹਾਂ ਕੁੱਕਰ ਦੇ ਵਿੱਚ ਆਪਾਂ ਬਣਾ ਰਹੇ ਹਾਂ ਸੂਪ ਫਟਾਫਟ ਬਣ ਕੇ ਤਿਆਰ ਹੋ ਜਾਂਦਾ ਹੈ। ਕੜਾਹੀ ਦੇ ਵਿੱਚ ਆਪਾਂ ਬਣਾਵਾਂਗੇ ਤਾਂ ਇਹਨੂੰ ਟਾਈਮ ਲੱਗਦਾ ਬਣਾਉਣ ਦੇ ਵਿੱਚ, ਕੁੱਕਰ ਦੇ ਵਿੱਚ ਬਸ ਦੋ ਸੀਟੀਆਂ ਦੇ ਵਿੱਚ ਸੂਪ ਇਹ ਤਿਆਰ ਹੋ ਕੇ ਰੈਡੀ ਹੋ ਜਾਂਦਾ ਹੈ। ਸਾਢੇ 3 ਗਲਾਸ ਆਪਾਂ ਪਾਣੀ ਇਹਦੇ ਵਿੱਚ ਪਾ ਦਿੱਤਾ ਹੈ। ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਸਿਰਫ ਦੋ ਸੀਟੀਆਂ ਲਗਵਾਨੀਆਂ ਔਰ ਗੈਸ ਬੰਦ ਕਰ ਦੇਣੀ ਹੈ। ਉਸ ਤੋਂ ਬਾਅਦ ਆਈ ਆਪਾਂ ਨੇ ਜਿਹੜੇ ਇੰਗਰੀਡੀਅੰਟ ਪਾਣੇ ਆ ਉਹ ਮੈਂ ਤੁਹਾਨੂੰ ਦਿਖਾਵਾਂਗੀ। ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ। ਦੋ ਸੀਟੇ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸੂਪ ਕਿੰਨਾ ਵਧੀਆ ਗਾੜਾ ਗਾੜਾ ਬਣ ਕੇ ਤਿਆਰ ਹੋਇਆ ਹੈ ਜੇਕਰ ਤੁਹਾਨੂੰ ਗਾੜਾ ਸੂਪ ਨਹੀਂ ਪਸੰਦ ਤਾਂ ਤੁਸੀਂ ਪਾਣੀ ਗਰਮ ਕਰਕੇ ਇਹਦੇ ਵਿੱਚ ਹੋਰ ਪਾ ਸਕਦੇ ਹੋ ਐਕਸਟਰਾ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਇੱਥੇ ਮੈਂ ਹਰੇ ਧਨੀਏ ਦੀਆਂ ਹਰੀਆਂ ਢੰਡੀਆਂ ਜਿਹੜੀਆਂ ਪਿੱਛੇ ਵਾਲੀਆਂ ਢੰਡੀਆਂ ਹੁੰਦੀਆਂ ਉਹ ਬਰੀਕ ਬਰੀਕ ਛੋਪ ਕਰਕੇ ਪਾਈਆਂ ਥੋੜੇ ਜਿਮੈਂ ਸਪ੍ਰਿੰਗ ਆਨੀਅਨ ਪਾ ਦਿੱਤੇ ਹੈ ਏਕਦਮ ਰੈਸਟੋਰੈਂਟ ਸਟਾਈਲ ਬਣਾਉਣ ਦੇ ਲਈ ਇਹ ਸੂਪ ਮੈਂ ਇਹਦੇ ਵਿੱਚ ਪਾ ਰਹੀ ਹਾਂ ਇੱਕ ਚਮਚ ਸੋਇਆ ਸੋਸ ਦਾ ਜਿਆਦਾ ਸੋਇਆ ਸੌਸ ਇਸ ਦੇ ਵਿੱਚ ਨਹੀਂ ਪਾਣਾ ਸਿਰਫ ਇੱਕ ਚਮਚਾ ਸੋਇਆ ਸੌਸ ਪਾ ਰਹੀ ਹਾਂ ਮੈਂ। ਔਰ ਦੋ ਚਮਚਾ ਆਪਾਂ ਇਹਦੇ ਵਿੱਚ ਪਾਣੇ ਆ ਟਮੇਟੋ ਕੇਚਪ ਦੇ। ਜੇਕਰ ਤੁਹਾਨੂੰ ਨਹੀਂ ਪਸੰਦ ਆ ਤਾਂ ਤੁਸੀਂ ਸਕਿਪ ਕਰ ਸਕਦੇ ਹੋ ਦੋਨੋਂ ਚੀਜ਼। ਪਰ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਸੂਪ ਇਸ ਤਰੀਕੇ ਦੇ ਨਾਲ। ਬਸ ਦੋ ਚਮਚਾ ਜੀ ਆਪਾਂ ਟਮੇਟੋ ਸੌਸ ਦੇ ਪਾਣੇ ਆ ਜਿਆਦਾ ਨਹੀਂ ਪਾਣੇ। ਔਰ ਪਾ ਕੇ ਮਿਕਸ ਕਰ ਲੈਣੇ ਚੰਗੀ ਤਰ੍ਹਾਂ ਦੇ ਨਾਲ ਔਰ ਗਰਮਾ ਗਰਮ ਸਰਵ ਕਰ ਲੈਣੇ ਸੂਪ ਨੂੰ ਸੂਪ ਜਿਹੜਾ ਹਮੇਸ਼ਾ ਗਰਮਾ ਗਰਮ ਹੀ ਸਰਵ ਕਰਨਾ ਚਾਹੀਦਾ ਹੈ ਇੱਕ ਕਟੋਰੀ ਸੂਪ ਅਗਰ ਸਰਦੀਆਂ ਦੇ ਵਿੱਚ ਪੀ ਲਿਆ ਜਾਏ ਜਾਂ ਖਾ ਲਿਆ ਜਾਏ ਤਾਂ ਬਹੁਤ ਹੀ ਹੈਲਦੀ ਹੁੰਦਾ ਪੂਰਾ ਦਿਨ એનર્ਜੀ ਬਣੀ ਰਹਿੰਦੀ ਹੈ ਬਾਡੀ ਦੇ ਵਿੱਚ ਗਰਮਾ ਗਰਮ ਸੂਪ ਨੂੰ ਸਰਵ ਕਰ ਲੈਣੇ ਤੁਸੀਂ ਦੇਖ ਸਕਦੇ ਹੋ ਠੀਕ ਨੇਸ ਸੂਪ ਦੀ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਹੀ ਸੂਪ ਕਿੰਨਾ ਟੇਸਟੀ ਲੱਗ ਰਿਹਾ ਹੈ ਇਹ ਖਾਂ ਦੇ ਵਿੱਚ ਵੀ ਉਨਾ ਹੀ ਜ਼ਿਆਦਾ ਟੇਸਟ ਹੈ ਮੇਰੇ ਸੂਪ ਬਣਾਉਣ ਦੀ ਇਹ ਰੈਸਪੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸਣਾ ਔਰ ਅਗਰ ਥੋੜਾ ਜਿਹਾ ਵੀ ਪਸੰਦ ਆਂਦਾ ਹੈ ਮੇਰਾ ਇਹ ਤਰੀਕਾ ਤਾਂ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਨਾਲ ਲੱਗਦੇ ਪਹਿਲੇ অপਸ਼ਨ ਤੇ ਜ਼ਰੂਰ ਪ੍ਰੈਸ ਕਰਨਾ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਕਿੰਨਾ ਵਧੀਆ ਲੱਗ ਰਿਹਾ ਹੈ ਗਰਮਾ ਗਰਮ ਸੂਪ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਓ ਖਾਓ ਤੇ ਇੰਜੋਏ ਕਰੋ ਮੋਂ ਮੈਂ ਥੋੜੇ ਜਿਹਾ ਸਪਰਿੰਗ ਅਨੀਅ ਨੀ ਦੇ ਉੱਤੇ ਗਾਰਨਿਸ਼ ਕਰ ਰਹੀ ਆ ਤੁਸੀਂ ਇਹਨੂੰ ਹੋਰ ਵੀ ਜ਼ਿਆਦਾ ਟੇਸਟ ਬਣਾਉਣਾ ਚਾਹੁੰਦੇ ਹੋ ਹੋਰ ਵੀ ਜ਼ਿਆਦਾ ਕਰੀਮੀ ਟੈਕਚਰ ਦੇਣਾ ਚਾਹੁੰਦੇ ਤੇ ਇਹਦੇ ਵਿੱਚ ਘਰ ਦੇ ਦੁੱਧ ਦੇ ਉੱਤੇ ਜਿਹੜੀ ਮਲਾਈ ਆਂਦੀ ਹੈ ਉਹ ਵੀ ਪਾ ਸਕਦੇ ਹੋ ਇੱਕ ਇੱਕ ਤਾਂ ਨੀ ਆ ਦੀ ਪੱਤੀ ਆਪਾਂ ਉੱਪਰ ਲਗਾ ਦਾਂਗੇ ਗਾਰਨਿਸ਼ਿੰਗ ਦੇ ਲਈ ਜਿੰਨਾ ਸੂਪ ਜਿਹੜਾ ਦੇਖਣ ਦੇ ਵਿੱਚ ਵਧੀਆ ਲੱਗੇਗਾ ਬਸ ਐਦਾ ਦੀ ਨਵੀਂ ਸਿੰਪਲ ਔਰ ਸਾਂਤਰੀ ਕਿਨਾਂ ਬਣੀ ਹੋਈ ਰੈਸিপি ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੀ ਉਦੋਂ ਤੱਕ ਦੇ ਲਈ ਸ਼ਸ਼ੀਕਲ ਜੀ